ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤ ਆਪਣੇ ਵਿਕਾਸ ਦੀ ਰਾਹ ਤੇ ਇੱਕ ਮਹੱਤਵਪੂਰਨ ਬੁਨਿਆਦੀ ਬਦਲਾਅ ਦੇ ਕੰਢੇ ਤੇ ਹੈ ਅਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਉਹ ਚਾਲੂ ਮਾਲੀ ਸਾਲ ਵਿੱਚ GDP ਦੀ ਵਾਧਾ ਦਰ 7.2% ਤੱਕ ਪਹੁੰਚ ਜਾਵੇਗੀ। ਮੁੰਬਈ 'ਚ ਬੰਬੇ ਚੈਂਬਰ ਆਫ ਕਾਮਰਸ ਤੇ ਇੰਡਸਟਰੀ ਦੀ 188ਵੀਂ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਭਾਵੇਂ ਪਹਿਲਾਂ ਦੇ ਅਨੁਮਾਨ ਹਮੇਸ਼ਾ ਉੱਪਰ ਹੇਠਾਂ ਹੁੰਦੇ ਰਹਿੰਦੇ ਨੇ ਪਰ ਭਾਰਤ ਦੀ GDP ਦੀ ਸਾਲਾਨਾ ਵਾਧਾ ਦਰ 8% ਵੱਲ ਵੱਧ ਰਹੀ ਹੈ।